ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਚਨਾਲ ਕੈਰੀ ਨੇ ਫੋਤੇ ਜਿਵੇਂ ਤੁਹਾਡੇ ਵਾਸਤੇ ਸਾਇੰਸ ਦੇ ਬਹੁਤ ਹੀ ਮਹੱਤਵਪੂਰਨ ਕੁਸ਼ਣ ਲੈ ਕੇ حاضر ਆਇਆ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਸਬਸਕ੍ਰਾਈਬ ਕਰ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਆਵਦਿਆਂ ਵਿੱਚ ਪਹਿਲਾ ਕੁਸ਼ਣ ਆ ਪਹਿਲਾ ਕੁਸ਼ਣ ਹੈ ਜੀ ਉਹ ਜੋਨ ਪਰਤ ਨੂੰ ਨਸ਼ਟ ਕਰਨ ਵਾਲਾ ਰਸਾਇਣਿਕ ਕਿਹੜਾ ਹੈ ਆਪਸ਼ਨ ਹੈ ਜੀ ਮੀਥੇਨ ਨਾਈਟrogen ਡਾਈਆਕਸਾਈਡ ਸਲਫਰ ਜਾਂ ਕਲੋਰੋਫਲੋਰੋਕਾਰਬਨ ਦੋ ਫੋਲੀ ਤੇ ਕਿਹੜਾ ਗੱਲਦਾ ਆਪਾਂ ਸਾਹਮਣੇ ਆ ਜੀ ਤਾਂ ਇਹਦੇ ਹਿੱਤ ਰਾਜੀ ক্লোਰੋਫਲੋਰੋ ਕਾਰਬਨ ਹਾਂਜੀ ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲਾ ਰਸਾਇਣਿਕ ਕਿਹੜਾ ਹੈ ਜਾਂ ਰਸਾਇਣ ਕਿਹੜਾ ਹੈ ਤੁਹਾਡਾ ਜਵਾਬ ਹੋਵੇਗਾ ক্লোਰੋਫਲੋਰੋ ਕਾਰਬਨ ਬਾਦਿਆ ਜੀ ਅਗਲੇ ਸਵਾਲ ਅਲੱਗ ਨਾਲ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸਾਫ਼ ਸੁਥਰਾ ਬਲਣ ਹੈ ਦੱਸੋ ਜੀ ਕਿਹੜਾ ਸਾਫ਼ ਸੁਥਰਾ ਬਾਲਣ ਹੈ অপਸ਼ਨ ਹੈ ਜੀ પેટ્રોલ ਸੀਐਨਜੀ ਡੀਜ਼ਲ ਜਾਂ ਮਿੱਟੀ ਦਾ ਤੇਲ ਦੱਸੋ ਜੀ ਚਿੱਤਰ ਕੋਈ ਗੱਲ ਦਾ ਅਮੰਡਰ ਸਾਹਮਣੇ ਹੈ ਜੀ ਤਾਂ ਇਹਦੇ ਵਿੱਚ ਆ ਜੀ ਸੀਐਨਜੀ ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸਾਫ਼ ਸੁਥਰਾ ਬਾਲਣ ਹੈ ਤੁਹਾਡਾ ਇੱਥੇ ਵੇਗਾ ਸੀਐਨਜੀ ਠੀਕ ਹੈ ਵਾਧਦੇ ਅਗਲੇ ਉਸਤਵ ਹਲਾਸ਼ਨਾ ਜੀ ਜੰਗਲਾਂ ਦੀ ਕਟਾਈ ਕਾਰਨ ਹਵਾ ਵਿੱਚ ਕਿਹੜੀ ਗੈਸ ਦੀ ਮਾਤਰਾ ਵੱਧ ਰਹੀ ਹੈ ਆਪਣਾ ਜੀ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਮੀਥੇਨ ਜਾਂ ਆਕਸੀਜਨ ਦੱਸੋ ਜੀ ਕਿਹਤਰ ਕੋ ਗੈਸ ਦਾ ਹੰਟੜ ਥੰਮਿਆ ਜੀ ਤਾਂ ਇਹਦੇ ਤਰਿਆ ਜੀ ਕਾਰਬਨ ਡਾਈਆਕਸਾਈਡ ਹਾਂਜੀ ਜੰਗਲਾਂ ਦੀ ਕਟਾਈ ਕਾਰਨ ਹਵਾ ਵਿੱਚ ਕਿਹੜੀ ਗੈਸ ਦੀ ਮਾਤਰਾ ਵਧ ਰਹੀ ਹੈ ਥੋੜਾ ਜਿਹਾ ਹੀ ਤਰੋ ਵੇਗਾ ਕਾਰਬਨ ਡਾਈਆਕਸਾਈਡ ਜ਼ਰੂਰ ਯਾਦ ਰੱਖਿਓ ਉਸ ਨੂੰ ਆਧਿਆ ਅਗਲਾ ਸਵਾਲ ਅਗਲਾ ਸਵਾਲ ਜੀ ਇਹੜੀ ਗੈਸ ਵਾਯੂ ਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਪਾਈ ਜਾਂਦੀ ਹੈ। ਆਪਸ਼ਨ ਹੈ ਜੀ ਨਾਈਟ੍ਰੋਜਨ, ਆਕਸੀਜਨ, ਆਰਗਨ ਜਾਂ ਕਾਰਬਨ ਡਾਈਆਕਸਾਈਡ। ਦੱਸੋ ਜੀ ਥੀਸ ਇਤਰ ਕਿਹੜੀ ਗੈਸ ਦਾ ਆਪਸ਼ਨ ਹੇਠਾਂ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਨਾਈਟ੍ਰੋਜਨ। ਹਾਂਜੀ ਇਹੜੀ ਗੈਸ ਵਾਯੂ ਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਪਾਈ ਜਾਂਦੀ ਹੈ। ਜਿਹੜਾ ਇਤਰ ਹੋਵੇਗਾ ਨਾਈਟ੍ਰੋਜਨ। ਵਾਦਦੇ ਆ ਜੀ ਅਲੋਸਵਾ ਅਗਲਾ ਸਨ ਜੀ ਗੰਗਾ ਕਾਰਜ ਪ੍ਰਯੋਜਨ ਕਿਸ ਸਾਲ ਸ਼ੁਰੂ ਹੋਈ ਸੀ ਜਾਂ ਸ਼ੁਰੂ ਕੀਤੀ ਗਈ ਸੀ ਆਪਸ਼ਨ ਹੈ ਜੀ 1982 1988 1987 ਅਤੇ 1985 ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ ਆਪਸ਼ਨ ਟਰ ਸਾਹਮਣੇ ਜੀ ਸਹੀ ਰਹੇ ਤੇ ਜੀ 1985 ਅਤੇ ਇਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 1985 ਤੋਂ ਲੈ ਕੇ 19 ਸੌਰੀ 2000 ਤੱਕ ਕੇ ਇਹਦਾ ਪ੍ਰੋਸੈਸ ਚੱਲਿਆ ਸੀ ਠੀਕ ਹੈ ਅਤੇ ਇਸ ਦਾ ਕਾਰਜ ਕੀ ਸੀ ਇਸ ਵਿੱਚ ਕੀ ਕੀਤਾ ਗਿਆ ਸੀ ਇਸ ਵਿੱਚ ਗੰਦੇ ਪਾਣੀ ਨੂੰ ਸਾਫ਼ ਕਰਕੇ ਉਸ ਨੂੰ ਸਚਾਈ ਲਈ ਵਰਤਣ ਲਈ ਇੱਕ ਪ੍ਰੋਜੈਕਟ ਬਣਾਈ ਗਈ ਸੀ ਠੀਕ ਹੈ ਅਤੇ ਇਸ ਉੱਤੇ 900 900 ਕੁਝ ਕਰੋੜ .71 ਠੀਕ ਹੈ ਜੀ ਖਰਚਾ ਆ ਗਿਆ ਸੀਗਾ ਠੀਕ ਹੈ ਸੋ ਇਸ ਨੂੰ ਵੀ ਜਰੂਰ ਯਾਦ ਰੱਖਿਓ ਤੁਸੀਂ ਵਾਧੇ ਜੇਕਰ ਇਸ ਨੂੰ ਹਲਾਸ਼ਣਾ ਜੀ ਕਿਹੜੇ ਦਸਾਇਨਿਕ ਦੀ ਵਰਤੋਂ ਪਾਣੀ ਸ਼ੁੱਧ ਕਰਨ ਲਈ ਵਰਤੀ ਜਾਂਦੀ ਹੈ। ਆਪਸ਼ਨ ਹੈ ਜੀ ਆਇਓਡੀਨ, ਕਾਪਰ ਸਲਫੇਟ, ਕਾਸਟਿਕ ਸੋਡਾ ਜਾਂ ਕਲੋਰੀਨ। ਦੱਸੋ ਜੀ ਚਿੱਤਰ ਕਿ ਗੈਸ ਦਾ ਆਪਹੰਡਾ ਸਾਹਮਣੇ ਹੈ ਜੀ। ਤਾਂ ਇਹ ਹੋਵੇਗਾ ਜੀ ਕਲੋਰੀਨ। ਹਾਂ ਜੀ ਕਿਹੜੇ ਰਸਾਇਣਿਕ ਦੀ ਵਰਤੋਂ ਪਾਣੀ ਸ਼ੁੱਧ ਕਰਨ ਲਈ ਕੀਤੀ ਜਾਂਦੀ ਹੈ? ਤੜਾਹੀਤਰ ਹੋਵੇਗਾ ਕਲੋਰੀਨ ਦੀ। ਠੀਕ ਹੈ। ਜ਼ਰੂਰੀ ਯਾਦ ਰੱਖਿਓ ਸਨੋ। ਵਾਦਿਆਂ ਜੀ ਅਲੋਸ਼ਣ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ। ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਵੀ ਜਰੂਰ ਕਰ ਦਿਓ। ਹਲੋ ਜੀ 3R ਦੇ ਸਿਧਾਂਤ ਵਿੱਚ ਕੀ ਸ਼ਾਮਿਲ ਨਹੀਂ ਹੈ? ਦੱਸੋ ਜੀ ਕੀ ਨਹੀਂ ਹੈ? ਆਪਸ਼ਨ ਇਹ ਤੁਹਾਡੇ ਸਾਹਮਣੇ ਜੀ। ਪੁਨਰ ਚੱਕਰ, ਘਟ ਵਰਤੋ, ਦੁਬਾਰਾ ਵਰਤੋ ਜਾਂ ਸਾਫ਼ ਸਫਾਈ। ਦੱਸੋ ਜੀ ਸਹੀ ਤਰ੍ਹਾਂ ਕਿਹੜਾ ਗਲਤ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ? ਤਾਂ ਇਹਦਾ ਜਵਾਬ ਹੈ ਜੀ ਸਾਫ਼ ਸਫਾਈ। ਹਾਂ ਜੀ 3R ਦੇ ਸਿਧਾਂਤ ਵਿੱਚ ਕੀ ਸ਼ਾਮਿਲ ਨਹੀਂ ਹੈ? ਰਹੀਤਰਗਾ ਸਾਊਥ 5 ਅਤੇ 3R ਦਾ ਕੀ ਮਤਲਬ ਹੈ ਕੀ ਇਸ ਦੀ ਫੁੱਲ ਫਾਰਮ ਹੈ ਇਸ ਦੀ ਫੁੱਲ ਫਾਰਮ ਹੈ ਜੀ ਰਿਯੂਜ਼ ਰਿਡਿਊਸ ਰੀਸਾਈਕਲ ਠੀਕ ਹੈ ਜੀ ਇਸ ਨੂੰ ਵੀ ਜਰੂਰ ਯਾਦ ਰੱਖਿਓ ਤੁਸੀਂ ਰਿਯੂਜ਼ ਰਿਡਿਊਸ ਤੇ ਰੀਸਾਈਕਲ ਠੀਕ ਹੈ ਜੂੜੀ ਯਾਦ ਰੱਖਿਓ ਇਸ ਨੂੰ ਵੀ ਅਗਲੇ ਅੰਸ਼ ਨੂੰ ਅਗਲਾ ਅੰਸ਼ ਹੈ ਜੀ ਸੂਰਜ ਪਰਿਵਾਰ ਵਿੱਚ ਸਭ ਤੋਂ ਵੱਧ ਦੂਰੀ ਤੇ ਕਿਹੜਾ ਗ੍ਰਹਿ ਸਥਿਤ ਹੈ ਬਹੁਤ ਇੰਪੋਰਟੈਂਟ ਕੁਸ਼ਨ ਹੈ ਜੀ ਜਰੂਰ ਨੋਟ ਕਰ ਲਿਓ ਅਤੇ ਇਸ ਨੂੰ ਯਾਦ ਵੀ ਜਰੂਰ ਰੱਖਿਓ অপਸ਼ਨ ਹੈ ਜੀ ਮੰਗਲ ਬੁੱਧ ਧਰਤੀ ਜਾਂ ਨੈਪਚੂਨ ਦੱਸੋ ਜੀ ਸਹੀਤਰ ਕਿਹ ਹੈਗਾ ਉਹ ਇੰਟਰ ਸਾਹਮਣੇ ਹੈ ਜੀ ਤਾਂ ਇਹੋ ਜੀ ਰਾ ਜੀ ਨੈਪਚੂਨ ਠੀਕ ਹੈ ਜੀ ਸੂਰਜ ਪਰਿਵਾਰ ਵਿੱਚ ਸਭ ਤੋਂ ਵੱਧ ਦੂਰੀ ਤੇ ਕਿਹੜਾ ਗ੍ਰਹਿ ਸਥਿਤ ਹੈ ਤੜਾ ਹੀ ਤਰਗਾ ਨੈਪ ਠੀਕ ਹੈ ਵਾਧੇ ਨੇ ਲੋਸਟੋ ਅਲਕਨਾ ਜੀ ਸੂਰਜ ਪਰਿਵਾਰ ਵਿੱਚ ਸਭ ਤੋਂ ਨੇੜੇ ਗ੍ਰਹਿ ਨੇੜਲਾ ਗ੍ਰਹਿ ਦਾ ਨਾਮ ਦੱਸੋ ਆਪਸ਼ਨ ਹੈ ਜੀ ਬੁੱਧ ਸ਼ੁੱਕਰ ਚੰਦਰਮਾ ਜਾਂ ਧਰਤੀ ਦੱਸੋ ਜੀ ਸਹੀ ਉੱਤਰ ਕੀ ਹੈ ਦਾ ਆਪਣ ਦਾ ਸਾਹਮਣੇ ਜੀ ਸਹੀ ਉੱਤਰ ਹੈ ਜੀ ਬੁੱਧ ਹਾਂ ਜੀ ਸੂਰਜ ਪਰਿਵਾਰ ਵਿੱਚ ਸਭ ਤੋਂ ਨੇੜਲੇ ਗ੍ਰਹਿ ਦਾ ਨਾਮ ਕੀ ਹੈ ਤੁਹਾਡਾ ਹੀ ਉੱਤਰ ਹੋਗਾ ਬੁੱਧ ਅਤੇ ਦੂਰ ਦਾ ਕਿਹੜਾ ਹੈ ਉਹ ਹੈ ਨਵਜ। ਠੀਕ ਹੈ। ਜਰੂਰ ਨੋਟ ਕਰ ਲਿਓ ਇਸ ਨੂੰ। ਵਾਧੇ ਨਾਲ ਉਸ ਤੋਂ। ਅਗਲਾ ਸਵਾਲ ਜੀ ਕਿਹੜੇ ਗ੍ਰਹਿ ਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ? ਆਪਸ਼ਨ ਹੈ ਜੀ ਧਰਤੀ, ਸ਼ੁਕਰ, ਸ਼ਨੀ ਜਾਂ ਮੰਗਲ। ਦੱਸੋ ਜੀ ਸਹੀ ਉੱਤਰ ਕਿਹੜਾ ਹੈ ਦਾ ਆਪਾਂ ਤੁਹਾਡੇ ਸਾਹਮਣੇ ਹੈ ਜੀ। ਸਹੀ ਉੱਤਰ ਹੈ ਜੀ ਮੰਗਲ। ਹਾਂ ਜੀ ਕਿਹੜੇ ਗ੍ਰਹਿ ਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ? ਜਿਹੜੇ ਤਰਵਗਾ ਮੰਗਲ ਨੂੰ। ਠੀਕ ਹੈ। ਵਾਧੇ ਜੇ ਕੋਲ ਸਟਾਪ ਡੇਕਰ ਵੀਡੀਓ ਦੀ ਸਪੀਡ ਜ਼ਿਆਦਾ ਲੱਗ ਰਹੀ ਹੈ ਤਾਂ ਵੀਡੀਓ ਨੂੰ ਪਾਉਜ਼ ਵੀ ਕਰ ਸਕਦੇ ਹੋ ਠੀਕ ਹੈ ਵਾਧੇ ਜੇ ਕੋਲ ਸਟਾਪ ਆਪਾਤਨ ਕੋਣ ਪਰਵਰਤਨ ਕੋਣ ਡੈਸ਼ ਬਰਾਬਰ ਹੁੰਦਾ ਹੈ ਦੱਸੋ ਜੀ ਕੀ ਜਾਏਗਾ ਡੈਸ਼ ਜੀ ਤਾਂ ਤੇ ਆਪਸ਼ਨ ਹੈ ਜੀ ਹਮੇਸ਼ਾ ਕਦੇ ਕਦੇ ਵਿਸ਼ੇਸ਼ ਹਾਲਤਾਂ ਵਿੱਚ ਜਾਂ ਕਦੇ ਨਹੀਂ ਦੱਸੋ ਜੀ ਹੀ ਤਰਕ ਇਹ ਗੱਲ ਦਾ ਪੁਆਇੰਟਰ ਸਾਹਮਣੇ ਹੈ ਜੀ ਤਾਂ ਇਹਦਾ ਹੱਲ ਹੈ ਜੀ ਹਮੇਸ਼ਾ ਅणि ਆਪਤਨ ਕੋਣ ਪਰਵਰਤਨ ਕੋਣ ਦੇ ਹਮੇਸ਼ਾ ਬਰਾਬਰ ਹੁੰਦਾ ਹੈ ਠੀਕ ਹੈ ਜਰੂਰ ਯਾਦ ਰੱਖਿਓ ਇਸ ਨੂੰ ਅਲੋchna ਜੀ 20000 ਹਰਟਜ਼ ਤੋਂ ਵੱਧ ਅਵਰਤੀ ਆਵਾਲੀਆਂ ਧੁਨੀਆਂ ਨੂੰ ਕੀ ਕਿਹਾ ਜਾਂਦਾ ਹੈ ਦੱਸੋ ਜੀ ਕੀ ਕਿਹਾ ਜਾਂਦਾ ਹੈ অপਸ਼ਨ ਹੈ ਜੀ ਅਲਟਰਾ ਸਾਊਂਡ ਨੀਮ ਧੁਨੀ ਸਾਧਾਰਨ ਧੁਨੀ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਦੱਸੋ ਜੀ ਸਹੀ ਉਤਰ ਕਿਹੋ ਜਿਹਾ ਹੈ ਇਸ ਦਾ অপਸ਼ਨ ਰੱਤਮਣਾ ਜੀ ਤਲੋਤਰਾ ਜੀ ਅਲਟਰਾ ਸਾਊਂਡ ਠੀਕ ਹੈ 20000 ਹਰਜ਼ ਤੋਂ ਵੱਧ ਅਵਿਰਤੀ ਵਾਲੀਆਂ ਧੁਨੀਆਂ ਨੂੰ ਕੀ ਕਿਹਾ ਜਾਂਦਾ ਹੈ ਰਹੇ ਹੋਵੇਗਾ ਅਲਟਰਾ ਸਾਊਂਡ ਠੀਕ ਹੈ ਅਤੇ ਜੋ ਮਨੁੱਖ ਹੈ ਉਹ 20 ਤੋਂ 20000 ਹਰਜ਼ ਤੱਕ ਹੀ ਧੁਨੀ ਸੁਣ ਸਕਦਾ ਹੈ ਅਤੇ ਉਸ ਤੋਂ ਬਾਅਦ ਵਾਲੀਆਂ ਜੋ ਧੁਨੀਆਂ ਹੁੰਦੀਆਂ ਹਨ ਉਹਨਾਂ ਨੂੰ ਡੌਗ ਵਗੈਰਾ ਹੀ ਸੁਣ ਸਕਦੇ ਹੋ ਠੀਕ ਹੈ ਵਾਦ ਦੇ ਅੰਗਲੋਸਟ੍ਰੋਮ ਵਰਤਨਾ ਜੀ ਇੱਕ ਮਨੁੱਖੀ ਕੰਨ ਕਿੰਨੀ ਅਵਰਤੀ ਵਾਲੀ ਧੁਨੀ ਸੁਣ ਸਕਦਾ ਹੈ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਦੱਸਿਆ ਹੈ ਇਸ ਦੇ ਅੰਦਰ ਸਾਰਿਆਂ ਨੂੰ ਪਤਾ ਹੋਏਗਾ ਆਪਸ਼ਨ ਹੈ ਜੀ 20 ਹਰਟਸ ਤੋਂ 20000 ਹਰਟਸ 20000 ਹਰਟਸ ਤੋਂ ਵੱਧ 20 ਹਰਟਸ ਜਾਂ 25000 ਵਾਟਸ ਠੀਕ ਹੈ ਜਾਂ 20 ਹਰਟਸ ਤੋਂ ਘੱਟ ਦੱਸੋ ਜੀ ਸਹੀ ਕਿਹੜਾ ਹੈ ਦੋ ਹੰਡਰਡ ਤੁਹਾਨੂੰ ਹੈ ਜੀ ਇਹਦਾ ਸਹੀ ਉੱਤਰ ਹੈ ਜੀ 20 ਹਰਟਸ ਤੋਂ ਵੀ 1000 ਆਰਟਸ ਤਾਂ ਜਰੂਰ ਨੋਟ ਕਰ ਲਿਓ ਇਸ ਨੂੰ ਬਹੁਤ ਇੰਪੋਰਟੈਂਟ ਕੁਸ਼ਨ ਹੈ ਜੀ ਵਾਧੇ ਅਗਲੋਸ਼ ਨੂੰ ਅਲੋchnadi ਪਾਣੀ ਦੀ ਬਾਲਟੀ ਨੂੰ ਚੁੱਕਣ ਸਮੇਂ ਕਿਹੜਾ ਬਲ ਕਿਰਿਆ ਕਰਦਾ ਹੈ ਆਪਸ਼ਨ ਹੈ ਜੀ ਚੁੰਬਕੀ ਬਲ ਗੁਰਤਾ ਆਕਰਸ਼ਨ ਬਲ ਪੇਸ਼ੀ ਬਲ ਜਾਂ ਗੁਰਤਾ ਆਕਰਸ਼ਨ ਅਤੇ ਪੇਸ਼ੀ ਬਲ ਦੋਨੋਂ ਦੱਸੋ ਜੀ ਸਹੀ ਉੱਤਰ ਕਿਹੜਾ ਗੈਸ ਦਾ ਆਪਸ਼ਨ ਸਾਹਮਣੇ ਹੈ ਜੀ ਤਾਂ ਇਹ ਦਾ ਉੱਤਰ ਹੈ ਜੀ ਗੁਰਤਾ ਆਕਰਸ਼ਣ ਅਤੇ ਪੇਸ਼ੀ ਬਲ ਦੋਨੋਂ ਹੀ ਕਿਰਿਆ ਕਰਦੇ ਹਨ ਠੀਕ ਹੈ ਅ ਜੀ ਪਾਣੀ ਦੀ ਬਾਲਟੀ ਚੁੱਕਣ ਸਮੇਂ ਕਿਹੜਾ ਬਲ ਕਿਰਿਆ ਕਰਦਾ ਹੈ ਤੜ੍ਹ ਹੈ ਤਰੂਗਾ ਗੁਰਤਾ ਆਕਰਸ਼ਣ ਅਤੇ ਪੇਸ਼ੀ ਬਲ ਦੋਨੋਂ ਠੀਕ ਹੈ ਇਹ ਸਾਰੇ ਬਹੁਤ ਇੰਪੋਰਟੈਂਟ ਕੁਸ਼ਨ ਹੈ ਜੀ ਜਰੂਰ ਯਾਦ ਕਰ ਲਓ ਇਹਨਾਂ ਨੂੰ ਇਹਨਾਂ ਵਿੱਚੋਂ ਕੁਝ ਕੁਸ਼ਨ ਪੇਪਰ ਵਿੱਚ ਬਣ ਜਾਣਗੇ ਅਗਲਾ ਆਪਸ਼ਨ ਹੈ ਜੀ ਬਲ ਇੱਕ ਤੱਕਾ ਜਾਂ ਖਿੱਚ ਹੈ ਜੋ ਵਸਤੂ ਦੀ ਡੈਸ਼ ਬਦਲਣ ਵਿੱਚ ਸਹਾਇਕ ਹੁੰਦਾ ਹੈ ਆਪਸ਼ਨ ਹੈ ਜੀ ਸਥਿਤੀ ਦਿਸ਼ਾ ਆਕਾਰ ਜਾਂ ਉਪਰੋਕਤ ਸਾਰੇ ਦੱਸੋ ਜੀ ਸਹੀਤਰ ਕਿਹ ਹੈ ਗੈਸ ਦਾ ਆਪਹੰਡਰ ਸਾਹਮਣੇ ਹੈ ਜੀ ਤਾਂ ਇਹਦੇ ਹਿੱਤਰ ਹੈ ਜੀ ਉਪਰੋਕਤ ਸਾਰੇ ਹਾਂਜੀ ਬਾਹਰੀਕ ਤੱਕਾ ਜਾਂ ਖਿੱਚ ਹੈ ਜੋ ਵਸਤੂ ਦੀ ਡੈਚ ਬਦਲਣ ਵਿੱਚ ਸਹਾਇਕ ਕਰਦਾ ਹੈ ਸਹਾਇਕ ਜਾਂ ਹੁੰਦਾ ਹੈ ਤਾਂ ਕੀ ਬਦਲਣ ਵਿੱਚ ਸਹਾਇਕ ਹੁੰਦਾ ਹੈ ਸਥਿਤੀ ਵੀ ਦਿਸ਼ਾ ਵੀ ਅਤੇ ਆਕਾਰ ਵੀ ਠੀਕ ਹੈ ਸੋ ਜਰੂਰ ਯਾਦ ਰੱਖਿਓ ਇਸ ਨੂੰ ਵਾਧਦੇ ਅੰਗਲੋਸ਼ਟਵਾਲ ਹਲੋchna ji विराम अवस्था पई वस्तु की चाल डैश होगी ऑप्शन है जी अनंत सिफर बहुत ज़्यादा या बहुत घट दसो जी सही उत्तर के गैसदा ऑप्शन सामने जी तो उत्तर है जी सिफर हाँ जी जो विराम अवस्था पई हुई वस्तु है उसकी जो चाल है वह सिफर होगी ठीक है वादी अगला ਆਗਲਾ ਸਵਾਲ ਸਾਡੀ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦਾ ਹੈ ਇਹ ਵੀ ਬਹੁਤ ਇੰਪੋਰਟੈਂਟ ਕੁਸ਼ਨ ਹੈ ਜੀ ਜ਼ਰੂਰ ਯਾਦ ਰੱਖਿਓ ਇਸ ਨੂੰ ਆਪਸ਼ਨ ਹੈ ਜੀ ਫਸਲਾਂ ਦੀ ਜ਼ਿਆਦਾ ਪੈਦਾਵਾਰ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ ਪਾਣੀ ਦਾ ਪ੍ਰਦੂਸ਼ਣ ਜਾਂ 2 ਅਤੇ 3 ਦੋਨੋਂ ਦੱਸੋ ਜੀ ਸਹੀਤਰ ਕਿਹੜੇ ਗੈਸ ਦਾ ਆਪ ਜਿਹੜਾ ਸਾਹਮਣੇ ਹੈ ਜੀ ਤਾਂ ਇਹਦਾ ਉੱਤਰ ਹੈ ਜੀ 2 ਅਤੇ 3 ਦੋਨੋਂ ਦੋਨੇ ਠੀਕ ਹੈ ਤਾਂ ਕੀ ਕੀ ਹੁੰਦਾ ਹੈ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੜਹੀਤਰ ਹੋਵੇਗਾ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਪਾਣੀ ਦਾ ਪ੍ਰਦੂਸ਼ਣ ਪ੍ਰਦੂਸ਼ਣ ਵੀ ਵੱਧਦਾ ਹੈ ਠੀਕ ਹੈ ਵਾਧਦੇ ਅਗਲਾ ਸਵਾਲ ਅਗਲਾ ਕੀ ਰੂੜੀ ਦੀ ਖਾਦ ਡੈਸ਼ ਪਦਾਰਥਾਂ ਨਾਲ ਬਣਦੀ ਹੈ ਆਪਸ਼ਨ ਹੈ ਜੀ ਕਾਰਬਨਿਕ ਪਦਾਰਥਾਂ ਨਾਲ ਆਕਾਰਬਨਿਕ ਪਦਾਰਥਾਂ ਨਾਲ ਉਪਰੋਕਤ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਦੱਸੋ ਜੀ ਸਹੀਤਰ ਕੀ ਹੋਏਗਾ ਇਸ ਦਾ ਆਪਨਾ ਦੱਸਣਾ ਹੈ ਜੀ ਤਹਾਇ ਰਹੇ ਹਿੱਤਰਾ ਜੀ ਕਾਰਬੋਨਿਕ ਪਦਾਰਥਾਂ ਜੀ ਰੂੜੀ ਦੀ ਖਾਦ ਡੈਸ਼ ਪਦਾਰਥਾਂ ਨਾਲ ਬਣਦੀ ਹੈ ਜਿਹੜਾ ਹਿੱਤਰ ਹੋਵੇਗਾ ਕਾਰਬੋਨਿਕ ਪਦਾਰਥਾਂ ਨਾਲ ਠੀਕ ਹੈ ਜੀ ਵਾਧਦੇ ਅਗਲਾ ਸਵਾਲ ਅਗਲਾ ਜੀ ਬੋਲਣ ਦੀ ਪ੍ਰਕਿਰਿਆ ਦਿਮਾਗ ਦਾ ਕਿਹੜਾ ਭਾਗ ਤਿਆ ਕਰਦਾ ਹੈ ਆਪਣੇ ਜੀ ਸੇਰੇਬੈਲਮ ਸੇਰੀਬਰਮ ਥੈਲਮਸ ਜਾਂ ਹਾਈਪੋਥੈਲਮਸ ਦੱਸੋ ਜੀ ਸਹੀ ਉਤਰ ਕੀ ਹੋਗਾ ਦਾ ਸਾਹਮਣੇ ਹੈ ਜੀ ਇਹਨੂੰ ਹਿੱਤਰਾ ਜੀ ਸੇਰੇ ਬੈਲਮ ਹਾਂਜੀ ਬੋਲਣ ਦੀ ਪ੍ਰਕਿਰਿਆ ਦਿਮਾਗ ਦਾ ਕਿਹੜਾ ਭਾਗ ਤਿਆਰ ਕਰਦਾ ਹੈ ਜਿਹੜਾ ਹਿੱਤਰਾ ਹੋਗਾ ਸੇਰੇ ਬੈਲਮ ਅਤੇ ਇਸ ਤੋਂ ਬਿਨਾ ਜੋ ਵਿਅਕਤੀ ਹੈ ਉਹ ਕੁਝ ਵੀ ਨਹੀਂ ਕਰ ਸਕਦਾ ਸਿੱਧਾ ਖੜਾ ਵੀ ਨਹੀਂ ਹੋ ਸਕਦਾ ਠੀਕ ਹੈ ਸੋ ਇਹ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਮਨੁੱਖੀ શરી ਵਿੱਚ ਸੋ ਜਰੂਰ ਯਾਦ ਰੱਖਿਓ ਇਸ ਨੂੰ ਵਾਦਿਆ ਗਲੋਸਟੋਲ ਅਰਥਨਾ ਜੀ ਸਰੀਰ ਦਾ ਬਲੱਡ ਬੈਂਕ ਕਿਸ ਨੂੰ ਕਿਹਾ ਜਾਂਦਾ ਹੈ ਆਪਣਾ ਜੀ ਸਪਲੀਨ ਮਸਲ ਲੀਵਰ ਜਾਂ ਹਾਰ ਦੱਸੋ ਜੀ ਚੈਟਰ ਕਿਉਂ ਗੈਸ ਦਾ ਆਪਸ਼ਨ ਤੇ ਸਾਹਮਣੇ ਹੈ ਜੀ ਤੇ ਇਹ ਹਿੱਤਰਾ ਜੀ ਸੈਪਲਿਨ ਹਾਂਜੀ ਸਰੀਰ ਦਾ ਬਲੱਡ ਬੈਂਕ ਕਿਸ ਨੂੰ ਕਿਹਾ ਜਾਂਦਾ ਤੇ ਇਹ ਹਿੱਤਰ ਵਗਾ ਸੈਪਲਿਨ ਅਤੇ ਇਹ ਮਨੁੱਖੀ ਸਰੀਰ ਦੇ ਢਿੱਡ ਵਿੱਚ ਹੁੰਦਾ ਹੈ ਠੀਕ ਹੈ ਸੋ ਜਰੂਰ ਇਸ ਨੂੰ ਵੀ ਨੋਟ ਕਰ ਲਿਓ ਤੇ ਯਾਦ ਵੀ ਜਰੂਰ ਰੱਖਿਓ ਤਾਂ ਹੋਪ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਵੀ ਰਿੰਗ ਦਬਸ ਕਰ ਦਿਓ ਫਿਰ ਤੁਹਾਡੇ ਵਾਸਤੇ ਇੱਕ ਹੋਰ ਮੁਕਤ ਲੈ ਕੇ ਆ ਰਹੇ ਹਾਂ ਸੋ ਜਲਦੀ ਜਲਦੀ ਜਿਨ੍ਹਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਅਤੇ ਬੈਲ ਆਈਕਨ ਵੀ ਦਬਸ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਟੈਲੀਗ੍ਰam ਗਰੁੱਪ ਹਾਲੇ ਜੁਆਇਨ ਨਹੀਂ ਕੀਤਾ ਉਸ ਨੂੰ ਵੀ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਤਾਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਾਲ ਔਰ ਉਦ ਤੱਕ ਲਈ ਰੱਬ ਰੱਖਾ